ਕਿ ਮੈਨੀਫੈਸਟੋ ਜਿਹੜਾ ਹੈ ਇਸ ਅਮਨਪ੍ਰੀਤ ਸਿੰਘ ਜੀ ਤੁਹਾਡਾ ਬਣਾਇਆ ਸੀ। ਨੌਜਵਾਨਾਂ ਨੂੰ ਸਮਾਰਟਫੋਨਸ ਇਸ ਸਾਲ ਦੇ ਦਿਓ, 25-30 ਨੂੰ ਅਗਲੇ ਸਾਲ ਦੇ ਦਿਓ। 1 ਮਿੰਟ ਸਮਾਰਟਫੋਨਸ ਆਲਰੇਡੀ ਅਸੀਂ ਆਪਣੇ ਮੈਨੀਫੈਸਟੋ ਚ ਕਿਹਾ ਹੋਇਆ ਹੈ, ਬਹੁਤ ਜਲਦੀ ਅਸੀਂ ਸ਼ੁਰੂ ਕਰਦੇ ਹਾਂ। ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਣੀ ਨੂੰ ਕਾਫੀ ਸਮਾਂ ਬੀਤਣ ਤੇ ਵੀ ਕੈਪਟਨ ਵੱਲੋਂ ਕੀਤਾ ਗਿਆ ਇਹ ਵਾਅਦਾ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮਨਪ੍ਰੀਤ ਬਾਦਲ ਦਾ ਨਾਮ ਲੈਂਦੇ ਹੋਏ ਸਿੱਧੇ ਤੌਰ ਤੇ ਕੈਪਟਨ ਨੂੰ ਆਪਣਾ ਵਾਅਦਾ ਪੂਰਾ ਕਰਨ ਦੀ ਗੱਲ ਕਹੀ। ਬਾਜਵਾ ਨੇ ਕਿਹਾ ਕਿ ਸਮਾਰਟਫੋਨ ਦੇਣ ਦਾ ਵਾਅਦਾ ਮਨਪ੍ਰੀਤ ਬਾਦਲ ਨੇ ਆਪਣੇ ਮੈਨੀਫੈਸਟੋ ਵਿੱਚ ਕੀਤਾ ਸੀ, ਜਿਸ ਨੂੰ ਹੁਣ ਕੈਪਟਨ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਹੈ। ਦੇਖੋ, ਇਸ ਗੱਲ ਦਾ ਜਵਾਬ ਜਿਹੜਾ ਹੈ ਸਾ ਮਨਪ੍ਰੀਤ ਸਿੰਘ ਬਾਦਲ ਨੂੰ ਦੇਣਾ ਚਾਹੀਦਾ, ਤਾਂ ਮੈਂ ਅਪੀਲ ਵੀ ਕਰੂੰਗਾ ਸਨ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਕਿ ਮੈਨੀਫੈਸਟੋ ਜਿਹੜਾ ਹੈ ਇਹ ਸਾ ਮਨਪ੍ਰੀਤ ਸਿੰਘ ਜੀ ਤੁਹਾਡਾ ਬਣਾਇਆ ਸੀ, ਤੁਹਾਡਾ ਕੀਤਾ ਹੋਇਆ ਵਾਅਦਾ ਸੀ, ਇਹਨੂੰ ਨਿਭਾਉਣਾ ਵੀ ਤੁਸੀਂ ਹੈ। ਕਿਰਪਾ ਕਰਕੇ ਕੁਝ ਹੱਦ ਤੱਕ ਜੇ 100% ਲੋਕਾਂ ਨੂੰ ਜਿੰਨਾ ਤੁਸੀਂ ਵਾਅਦਾ ਕੀਤਾ ਸੀ, ਜੇ 100% ਉਸ ਨੂੰ ਨਹੀਂ ਅਸੀਂ ਸਿਰੇ ਚਾੜ ਸਕਦੇ, ਘੱਟ ਤੋਂ ਘੱਟ ਸ਼ੁਰੂਆਤ ਕੀਤੀ ਜੇ। 25-30% ਨੌਜਵਾਨਾਂ ਨੂੰ ਸਮਾਰਟਫੋਨਸ ਇਸ ਸਾਲ ਦੇ ਦਿਓ, 25-30 ਨੂੰ ਅਗਲੇ ਸਾਲ ਦੇ ਦਿਓ, ਕੁਝ ਜਿਹੜੇ ਬਕਾਇਆ ਰਹਿੰਦੇ ਫੇਰ ਦਿੱਤੇ ਜਾ ਸਕਦੇ, ਬਟ ਉਹਦੀ ਸ਼ੁਰੂਆਤ ਇਮੀਜੀਏਟਲੀ ਸਾਨੂੰ ਨਵੇਂ ਸਾਲ ਤੋਂ ਪਹਿਲੇ ਕਰ ਦੇਣੀ ਚਾਹੀਦੀ। ਉੱਥੇ ਹੀ ਮੁੱਖ ਮੰਤਰੀ ਕੈਪਟਨ ਨੇ ਬਾਜਵਾ ਦੇ ਵਾਰ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਬਚਾਅ ਕਰਦਿਆਂ ਕਿਹਾ ਕਿ ਬਹੁਤ ਜਲਦ ਉਹ ਨੌਜਵਾਨਾਂ ਨੂੰ ਸਮਾਰਟਫੋਨ ਦੇ ਕੇ ਆਪਣਾ ਵਾਅਦਾ ਨਿਭਾਉਣਗੇ। 1 ਮਿੰਟ ਸਮਾਰਟਫੋਨਸ ਆਲਰੇਡੀ ਅਸੀਂ ਆਪਣੇ ਮੈਨੀਫੈਸਟੋ ਚ ਕਿਹਾ ਹੋਇਆ ਐਂਡ ਵੀ ਆਰ ਗੋਇੰਗ ਟੂ ਸਟਾਰਟ ਆਫ ਵਿਦ ਦਮ। ਆਈ ਥਿੰਕ ਦ ਪ੍ਰੋਸੈਸ ਆਫ ਟੈਂਡਰਿੰਗ ਵਗੈਰਾ ਸ਼ੁਰੂ ਹੋ ਗਈ ਹੈ ਐਂਡ ਆਈ ਹੋਪ ਬਹੁਤ ਜਲਦੀ ਅਸੀਂ ਸ਼ੁਰੂ। ਸਿਰਫ ਸਮਾਰਟਫੋਨ ਦੇਣ ਦਾ ਵਾਅਦਾ ਹੀ ਨਹੀਂ, ਹੋਰ ਵੀ ਕਈ ਵਾਅਦੇ ਹਨ ਜੋ ਕੈਪਟਨ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਨ, ਜਿਨ੍ਹਾਂ 'ਤੇ ਲੋਕਾਂ ਦੀਆਂ ਉਮੀਦ ਭਰੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬ।